ਅਸੀਂ ਜਿਹੜੇ ਪਾਸੇ ਜਾ ਰਹੇ ਹਾਂ ਮੌਜੂਦਾ ਸਰਕਾਰ ਵੱਲੋਂ ਲੋਕਾਂ ਦਾ ਰੋਸ ਫੁੱਟ ਫੁੱਟ ਕੇ ਅੱਗੇ ਆ ਰਿਹਾ ਹੈ। ਇਹਨਾਂ ਦੇ ਝੂਠ ਤੋਂ ਪਹਿਲੇ 5 ਸਾਲ ਕਾਂਗਰਸ ਦਾ ਝੂਠ ਤੇ ਹੁਣ ਇਹਨਾਂ ਦੀ ਭਾਈਵਾਲ ਸਰਕਾਰ ਦਾ ਝੂਠ ਸਾਰਾ ਜੱਗ ਜ਼ਾਹਿਰ ਹੋ ਗਿਆ ਹੈ ਤੇ ਲੋਕੀ ਆਪ ਨਿਕਲ ਨਿਕਲ ਕੇ ਆ ਰਹੇ ਨੇ ਕਿ ਤੁਹਾਡੇ ਨਾਲ ਹੁੰਦਾ ਇਹਨਾਂ ਨੂੰ ਸਬਕ ਸਿਖਾਉਣਾ। ਸੋ ਮੈਂ ਤਾਂ ਆਹੀ ਕਹਿੰਦੀ ਕਿ ਪੰਥ ਦੀ ਪਾਰਟੀ ਨੇ ਕਦੇ ਝੂਠ ਨਹੀਂ ਮਾਰਿਆ, ਜੋ ਕਿਹਾ ਉਹ ਕਰਕੇ ਦਿਖਾਇਆ। ਆਪ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ, ਜਿਵੇਂ ਆਪਾਂ ਚਾਹੁੰਦੇ ਪੰਜਾਬ ਦੀ ਆਪਣੀ ਬੋਲੀ ਹੈਗੀ, ਪੰਜਾਬ ਦੀ ਆਪਣੀ ਮਾਂ ਖੇਡ ਹੈਗੀ, ਇਹ ਸੀ ਪੰਜਾਬ ਦੀ ਆਪਣੀ ਮਾਂ ਪਾਰਟੀ ਹੈ ਜਿਹੜੇ ਪੰਜਾਬ ਦੀ ਗੱਲ ਕਰਦੀ ਹੈ ਤੇ ਹੁਣ ਉਸ ਪਾਰਟੀ ਨੂੰ ਜੇ ਮਜ਼ਬੂਤ ਕਰਾਂਗੇ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਵੀ ਹੋਊਗੀ ਤੇ ਪੰਜਾਬ ਦਾ ਖਜ਼ਾਨਾ ਪੰਜਾਬ ਦੇ ਲੋਕਾਂ ਵਾਸਤੇ ਵਰਤਿਆ ਜਾਊਗਾ, ਨਾ ਕਿ ਲੁਟਾ ਕੇ ਦਿੱਲੀ ਵਾਲਿਆਂ ਦੇ ਉੱਤੇ ਆਪ ਦੀ ਕੁਰਸੀ ਦੀ ਰਖਵਾਲੀ ਕਰਨ ਵਾਸਤੇ ਸਾਰਾ ਪੰਜਾਬ ਦਿੱਲੀ ਦੇ ਗਿਰਵੀ ਰੱਖੇ ਗਏ।